ਪੰਜਾਬ 'ਚ ਨਗਰ ਨਿਗਮ ਚੁਣਾਵਾਂ ਨੂੰ ਲੈ ਕੇ ਉਮੀਦਵਾਰਾਂ ਦੁਆਰਾ ਨਾਮਾਂਕਣ ਪੱਤਰ ਦਾਖਲ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ, ਜਿਸ ਦੇ ਤਹਿਤ ਅੰਮ੍ਰਿਤਸਰ ਦੇ ਪੂਰਵ ਮੇਅਰ ਬਖਸ਼ੀ ਰਾਮ ਅਰੋੜਾ ਨੇ ਆਪਣਾ ਨਾਮਾਂਕਣ ਦਾਖਲ ਕਰਵਾਏ ਅਤੇ ਇਸ ਦੇ ਨਾਲ ਹੀ ਵਾਰਡ ਨੰਬਰ 2 ਤੋਂ ਅਕਾਲੀ ਦਲ ਦੇ ਉਮੀਦਵਾਰ ਰਾਜਕੁਮਾਰ ਜੌਲੀ ਨੇ ਵੀ ਆਪਣੇ ਨਾਮਾਂਕਣ ਦਾਖਲ ਕਰਵਾਏ। ਇਸ ਮੌਕੇ ਉਮੀਦਵਾਰਾਂ ਦਾ ਕਹਿਣਾ ਹੈ ਕਿ ਵਾਰਡਬੰਦੀ ਨਵੀਂ ਸਰਕਾਰ ਦੀ ਸੋਚ ਸੀ ਕਿ ਕੌਂਸਲਰ ਨੂੰ ਨੁਕਸਾਨ ਹੋਏਗਾ, ਪਰ ਜੋ ਕੌਂਸਲਰ ਕੰਮ ਕਰਦਾ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪਏਗਾ। ਝੂਠੇ ਵਾਅਦੇ ਮੈਨੂੰ ਕਰਨ ਦੀ ਆਦਤ ਨਹੀਂ ਆ, ਲੀਡਰ ਮੈਂ ਕੋਈ ਲੀਡਰ ਨਹੀਂ ਹੈ, ਮੈਂ ਤਾਂ ਇੱਕ ਸੇਵਾਦਾਰ ਹਾਂ। ਜੇ ਪੁੱਛਣਾ ਹੈਗਾ ਤਾਂ ਮੇਰੀ 2 ਨੰਬਰ ਵਾਰਡ 'ਚ ਜਾ ਕੇ ਸਰਵੇ ਕਰਕੇ ਦੇਖ ਲਿਓ, 470 ਦੇ ਲਗਭਗ ਮੈਂ ਗਰੀਬ ਕੁੜੀਆਂ ਦਾ ਵਿਆਹ ਹਾਲੇ ਤੱਕ ਫਰੀ ਕਰ ਚੁੱਕਾ ਆਪਣੇ ਰਿਜੋਰਟ ਦੇ ਵਿੱਚ। ਮੇਰੇ ਕੋਲ ਕੋਈ ਵੀ ਲੋੜਵੰਦ ਆਉਂਦਾ, ਜਦੋਂ ਚਾਹੇ ਅੱਧੀ ਰਾਤ ਵੀ ਆਵੇ, ਉਹਨੂੰ ਕਿਸੇ ਚੀਜ਼ ਦੀ ਲੋੜ ਆ ਮੇਰੇ ਕੋਲ ਵਾਪਸ ਨਹੀਂ ਕਦੀ ਗਿਆ ਔਰ ਨਾ ਹੀ ਮੈਂ ਜਾਣ ਦਿੰਦਾ। ਪਹਿਲੇ ਵਾਰਡ 50 ਹੁੰਦਾ ਸੀ, ਉੱਥੋਂ ਮੈਂ ਲਗਾਤਾਰ 97 ਤੋਂ ਜਿੱਦਾਂ ਆ ਰਿਹਾ, ਹੁਣ ਵੀ ਮੈਂ ਉੱਥੋਂ ਹੀ ਕਾਗਜ਼ ਭਰੇ ਨੇ ਔਰ ਇਲੈਕਸ਼ਨ ਨੂੰ ਅਸੀਂ ਜਿੱਤਣਾ। ਕਾਂਗਰਸ ਨੇ ਬਹੁਤ ਕੋਸ਼ਿਸ਼ ਕੀਤੀ ਹੈ ਵਾਰਡਬੰਦੀ ਨੂੰ ਖਰਾਬ ਕਰਨ ਦੀ, ਔਰ ਡਿਫਰੈਂਸ ਆਫ ਵੋਟ ਇੰਨਾ ਜ਼ਿਆਦਾ 6,000 ਤੋਂ ਲੱਗ ਕੇ 16,000 ਤੱਕ ਵੋਟਾਂ ਦਾ, ਜਦਕਿ 10% ਤੋਂ ਵੱਧ ਚਾਹੀਦਾ ਨਹੀਂ ਹੈ। ਔਰ ਜਿਤਨਾ ਅਸੀਂ ਅੰਮ੍ਰਿਤਸਰ ਨਗਰ ਨਿਗਮ ਦੇ ਵਿੱਚ ਕੰਮ ਕੀਤਾ, ਜਿੰਨੀ ਡਿਵੈਲਪਮੈਂਟ ਅੰਮ੍ਰਿਤਸਰ 'ਚ ਹੋਈ ਹੈ ਔਰ ਜਿੰਨਾ ਪੈਸਾ ਪਿਛਲੀ ਸਰਕਾਰ ਵੱਲੇ ਸਾਨੂੰ ਆਇਆ ਵੈ, ਕਿ ਅੱਜ ਇਹ ਵੈ ਕਿ ਟੂਰਿਸਟ ਜਿਹੜਾ ਵੈ ਇੱਕ ਰਾਤ ਦੀ ਬਜਾਏ 3-3 ਰਾਤਾਂ ਅੰਮ੍ਰਿਤਸਰ 'ਚ ਠਹਿਰ ਰਿਹਾ। ਅੰਮ੍ਰਿਤਸਰ ਤੋਂ ਗੁਰਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।